ਇੱਕ ਸੀ ਹਰਜੀਤ ਬਰਾੜਾਂ ਦਾ ਜਿਹਦਾ ਪਿੰਡ ਹੈ ਬਾਜਾ ਖਾਨਾ। ਗਾਗੋ ਕਹਿ ਗਿਆ ਕਾਲੇ ਨੂੰ ਅੱਜ ਨਹੀਂ ਛੱਡਣਾ ਕੋਈ ਜ਼ਮਾਨਾ। ਇੱਕ ਬਾਘਾ ਮਲਕਿਆਂ ਦਾ ਜੱਫੇ ਲਾਉਂਦਾ ਗਰਮੀ ਖਾ ਕੇ, ਸਿੰਘ ਫਸ ਗਏ ਕੁੰਡਿਆਂ ਦੇ ਮਿੱਤਰਾਂ ਵਹਿ ਜਾ ਗੁੱਡੀ ਲਾ ਕੇ। ਸੋ ਅੱਜ ਪਿੰਡ ਬਾਜਾ ਖਾਨਾ ਵਿਖੇ ਪਹੁੰਚਿਆ ਜੀ। ਹਰਜੀਤ ਵੱਡਾ ਨਾਮ, ਕਦੇ ਨਾ ਪੂਰਾ ਹੋਣ ਵਾਲਾ ਘਾਟਾ, ਘਾਟਾ ਕਿ ਘਾਟੇ, ਚਾਰ ਲਟੈਨਾਂ ਵਰਗੇ ਗੱਭਰੂ ਜਿਨ੍ਹਾਂ 'ਚੋਂ ਕੇਵਲ ਲੋਪੋ, ਕੇਵਲ ਸੇਖਾ, ਤਲਵਾਰ ਕੌਂਕੇ ਅਤੇ ਇੱਕ ਹਰਜੀਤ ਬਰਾੜ। ਇੱਕ ਐਕਸੀਡੈਂਟ ਹਾਦਸੇ ਦੇ ਵਿੱਚ ਸਾਨੂੰ ਸਦਾ ਲਈ ਵਿਛੋੜਾ ਦੇ ਗਏ, ਪਰ ਜੋ ਉਹਨਾਂ ਦੀਆਂ ਗੱਲਾਂ, ਉਹਨਾਂ ਦੀਆਂ ਉਦਾਹਰਣਾਂ ਸਾਡੇ ਸਾਹਮਣੇ ਨੇ, ਜਿਨ੍ਹਾਂ 'ਚੋਂ ਇੱਕ ਸੁਖਚੈਨ ਸਿੰਘ ਚੈਨਾ ਸਿੱਧਵਾਂ ਬਚ ਗਿਆ ਸੀਗਾ ਜੀ। ਸੋ ਹਰਜੀਤ ਦਾ ਨਾਂ ਕੌਣ ਨਹੀਂ ਜਾਣਦਾ, ਹੈ ਨਾ? ਜਦੋਂ ਬਾਜੇ ਖਾਨਿਆਂ ਨਾਂ ਮੂੰਹ 'ਤੇ ਆਉਂਦਾ ਤਾਂ ਹਰਜੀਤ ਦਾ ਨਾਂ ਮੱਲੋ ਮੱਲੀ ਮੂੰਹ 'ਤੇ ਆ ਜਾਂਦਾ, ਦਗਦਗ ਕਰਦਾ ਚਿਹਰਾ। ਚਲੋ ਦਿਖਾਉਂਦੇ ਜੀ ਆਪਾਂ ਹਰਜੀਤ ਦੇ ਪਿੰਡ ਆਏ ਬਾਈ ਦੇ। ਆਹ ਹਰਜੀਤ ਨੂੰ ਮਿਲੇ ਹੋਏ ਮੋਮੈਂਟੋ ਨੇ, ਆ ਚਾਰ ਪਲੇਅਰ ਨੇ ਉਹ ਕਬੱਡੀ ਜਗਤ ਦੇ ਗੁਆਚੇ ਹੀਰੇ, ਕੇਵਲ ਲੋਪੋ, ਕੇਵਲ ਸੇਖਾ, ਤਲਵਾਰ ਕੌਂਕੇ, ਹਰਜੀਤ ਬਾਜਾ ਖਾਨਾ। ਅਤੇ ਮਿੱਤਰੋ ਅੱਜ ਬਾਜ ਕੌਂਕੇ ਵਾਲਾ, ਰਾਜ ਬੱਧਣੀ, ਫੌਜੀ ਰੌਂਤਾ, ਹੋਰ ਪਤਾ ਨਹੀਂ ਕਿੰਨੇ ਪਲੇਅਰ, ਹੈ ਨਾ, ਜਦੋਂ ਉਹਨਾਂ ਨੇ ਗੱਲਾਂ ਛੇੜਦੇ ਨੇ ਤਾਂ ਮੈਂ ਸਹੁੰ ਲੱਗੇ, ਅੱਖਾਂ ਭਰਦੇ ਦੇਖੇ ਨੇ ਉਹ। ਆ ਬਾਈ ਦਾ ਪਰਿਵਾਰ ਹੈ, ਕੁੜੀ ਅੱਜ ਵੱਡੀ ਹੋਈ ਹੈ ਬਾਈ ਦੀ, ਉਹ ਜਿਹੜੀ ਬੈਠੀ ਆ ਆਪਣੀ ਮਾਂ ਦੀ ਬੁੱਕਲ ਦੇ ਵਿੱਚ, ਅਤੇ ਉਹ ਬਾਈ ਦੀ ਵਿਆਹ ਦੀ ਫੋਟੋ ਹੈ। ਹਰਜੀਤ ਬਾਜੇ ਖਾਨੇ ਨੇ ਆ ਸਾਰੇ ਮੈਡਲ, ਆ ਸਾਰੀਆਂ ਟਰਾਫੀਆਂ ਆਪਦੀਆਂ ਰੇਡਾਂ ਕਰਕੇ ਜਿੱਤੀਆਂ ਹੋਈਆਂ ਨੇ, ਹੈ ਨਾ। ਤੁਸੀਂ ਮੈਚ ਕੱਢ ਕੇ ਦੇਖਿਓ, ਹਰਜੀਤ ਬਾਜਾ ਖਾਨਾ ਨੱਚਦਾ ਟੱਪਦਾ ਜਾਂਦਾ ਅਤੇ ਨੱਚਦਾ ਟੱਪਦਾ ਆਉਂਦਾ, ਕਦੇ ਵੀ ਕੋਈ ਗਿਲਾ ਸ਼ਿਕਵਾ ਕਿਸੇ ਰੈਫਰੀ ਨਾਲ ਨਹੀਂ, ਪੁਆਇੰਟ ਅੱਗੇ ਪਿੱਛੇ ਹੋਣ ਕਰਕੇ ਵੀ ਕਦੇ ਕੋਈ ਗਿਲਾ ਸ਼ਿਕਵਾ ਨਹੀਂ। ਇੱਕ ਸਪੋਰਟਸਮੈਨਸ਼ਿਪ ਬਹੁਤ ਕਾਇਮ ਰੱਖੀ ਆ ਬਾਈ ਹਰਜੀਤ ਬਾਜਾ ਖਾਨਾ ਨੇ, ਅਤੇ ਦਗਦਾ ਚਿਹਰਾ, ਹੈ ਨਾ। ਸੋ ਅਸੀਂ ਲੰਘਦੇ ਸੀ ਅੱਜ ਮੇਰੇ ਨਾਲ ਢਿੱਲੋਂ ਬਠਿੰਡੇ ਵਾਲੇ ਮਨਦੀਪ ਹੋਣੀ ਸੀਗੇ, ਬਾਈ ਆ ਜਾਓ ਮਨਦੀਪ ਆਪਣੇ ਆ ਜਾਓ, ਅਤੇ ਫਿਰ ਲੰਘਿਆ ਨਹੀਂ ਗਿਆ, ਹੈ ਨਾ। ਜਿਹਨੇ ਜਿਹੜੇ ਖੇਤਰ 'ਚ ਮੱਲਾਂ ਮਾਰੀਆਂ ਨੇ ਉਹਦੀ ਤਾਰੀਫ ਕਰਨੀ ਬਣਦੀ ਹੈ। ਸੋ ਧੰਨਵਾਦ ਹੈ ਜੀ ਪਿੰਡ ਵਾਲਿਆਂ ਦਾ ਵੀ, ਜਿਨ੍ਹਾਂ ਨੇ ਸਰਕਾਰੀ ਜਗ੍ਹਾ 'ਚੋਂ ਜਗ੍ਹਾ ਦੇ ਕੇ ਬਾਈ ਦੀਆਂ ਯਾਦਾਂ ਸੰਭਾਲ ਕੇ ਰੱਖੀਆਂ ਨੇ, ਅਤੇ ਦਿਲ ਕਰਦਾ ਦੇਖੀ ਜਾਂਦੀ। ਬਿਲਕੁਲ ਜੀ ਬਿਲਕੁਲ, ਬਾਬਾ ਜੀ ਬਹੁਤ ਆਉਂਦੇ ਹੋਣਗੇ ਇੱਥੇ ਫੋਟੋਆਂ ਕਰਨ, ਵੀਡੀਓ ਬਣਾਉਣ। ਚਲੋ ਚਲੋ ਕੋਈ ਨਹੀਂ, ਹਾਂਜੀ ਹਾਂਜੀ, ਹੈ ਨਾ। ਕਦੇ ਸੋਚਿਆ ਨਹੀਂ ਸੀ ਨਾ ਵੀ ਐਂ ਬਾਈ ਆਪਾਂ ਨੂੰ ਛੱਡ ਕੇ ਚੱਲ ਜੂਗਾ। ਬਹੁਤ ਸਾਰੇ ਜਿੰਨੇ ਵੀ ਤੁਸੀਂ ਪਿਆਰ ਕਰਦੇ ਹੋ ਹਰਜੀਤ ਬਾਜਾ ਖਾਨੇ ਨੂੰ, ਅਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ, ਹੈ ਨਾ। ਅਸੀਂ ਟਾਈਮ ਕੱਢ ਕੇ ਜਾਂਦੇ ਰਹਿੰਦੇ ਹਾਂ ਵੀ ਜਿੱਥੇ ਨਾ ਜਿੱਥੇ ਤੁਹਾਨੂੰ ਕੋਈ, ਇੱਕ ਵਾਰ ਫਿਰ ਮੈਂ ਦਿਖਾ ਦੇਵਾਂ ਤੁਹਾਨੂੰ ਸਾਰੀਆਂ ਯਾਦਾਂ। ਆ ਹੁੰਦਾ ਜੀ, ਅੱਛਾ ਆਪਣਾ ਉਹ ਦਿਖਾ ਦਿਓ ਬਾਈ ਦੀ ਹਿਸਟਰੀ ਇਹ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਜੀਤ ਸਿੰਘ ਬਰਾੜ ਬਾਜਾ ਖਾਨਾ, ਜਨਮ 5 ਦਸੰਬਰ 1971, ਸਵਰਗ ਵਾਸੀ ਹੋਇਆ ਜੀ 16 ਅਪ੍ਰੈਲ 1998, ਠੀਕ ਹੈ ਜੀ। ਅਤੇ 5 ਦਸੰਬਰ 1971 ਬਾਜਾ ਖਾਨਾ, ਜ਼ਿਲ੍ਹਾ ਫਰੀਦਕੋਟ, ਪੰਜਾਬ। ਪਿਤਾ ਸਰਦਾਰ ਬਖਸ਼ੀਸ਼ ਸਿੰਘ ਬਰਾੜ, ਸੇਵਾ ਮੁਕਤ ਪੁਲਿਸ ਇੰਸਪੈਕਟਰ ਬਾਜਾ ਖਾਨਾ। ਮਾਤਾ ਸ਼੍ਰੀਮਤੀ ਸੁਰਜੀਤ ਕੌਰ ਬਰਾੜ। ਬਾਈ ਦੇ ਦੂਜੇ ਆਪਾਂ ਐਪੀਸੋਡ ਦੇ ਵਿੱਚ ਬਾਈ ਦੇ ਘਰ ਵੀ ਜਾਵਾਂਗੇ, ਹੈ ਨਾ। ਭਰਾ ਸਵਰਗ ਸਰਬਜੀਤ ਸਿੰਘ ਅਤੇ ਗੁਰਮੀਤ ਸਿੰਘ, ਦੋਵੇਂ ਭਰਾ। ਸੋ ਤੁਸੀਂ ਨਾਲ ਦੀ ਨਾਲ ਪੜ੍ਹੀ ਜਾਓ ਜੀ। ਆ ਜਿੰਨਾ ਜਿਹੜੇ ਇੰਗਲਿਸ਼ 'ਚ ਪੜ੍ਹਨਾ ਚਾਹੁੰਦੇ ਨੇ ਇੰਗਲਿਸ਼ 'ਚ ਪੜ੍ਹ ਸਕਦੇ ਨੇ।
ਅੱਛਾ ਜੀ ਇੱਕ ਗੱਲ ਹੋਰ ਦੱਸਦਾ, ਜਦੋਂ ਐਕਸੀਡੈਂਟ ਹੋਇਆ ਸੀ ਨਾ ਕੋਈ ਟਰੱਕ ਸੀਗਾ ਅਤੇ ਮੂਹਰੇ ਲਾਈਟਾਂ ਲੁੱਟਾਂ ਪੈ ਗਈਆਂ ਸੀਗੀਆਂ ਅਤੇ ਬਹੁਤ ਸਾਰੇ ਲੋਕਾਂ ਨੇ ਵੀ ਗੱਲਾਂ ਬਣਾਈਆਂ, ਕਹਿੰਦੇ ਜੀ ਕੋਈ 20,000 ਦੀ ਬੋਤਲ ਆ ਗਈ ਸੀ, ਪਰ ਨਹੀਂ ਇਹ ਦਰਅਸਲ ਝੂਠ ਹੈ ਕਿ ਬ੍ਰੇਕਾਂ ਥੱਲੇ ਲੋਕ ਗੱਲਾਂ ਬਣਾਉਣਾ ਬਣਾ ਲੈਂਦੇ ਨੇ, ਟਰੱਕ ਕੋਈ ਜਾ ਰਹੇ ਸ਼ਿਮਲਾ ਤਾਂ ਮੋਹਾਲੀ ਸਾਈਡ ਨੂੰ ਅਤੇ ਖਰੜ ਪਤਾ ਨਹੀਂ ਬਨੂੜ ਸ਼ਾਇਦ ਇੱਦਾਂ ਦਾ ਕੁਛ ਸੀਗਾ, ਅਤੇ ਉੱਥੇ ਟਰੱਕ ਦੀਆਂ ਲਾਈਟਾਂ ਪਈਆਂ। ਮੈਨੂੰ ਫੌਜੀ ਰੌਂਤੇ ਨੇ ਜਿੰਨੀ ਕੁ ਜਾਣਕਾਰੀ ਦੱਸੀ ਹੈ ਮੈਂ ਉਹਦੇ ਮੁਤਾਬਕ, ਕਿਉਂਕਿ ਨਾਲ ਖੇਡਦੇ ਰਹੇ ਨੇ ਉਹ, ਸੋ ਆਹ ਬਿਓਰਾ ਬਾਈ ਦਾ। ਅਤੇ ਜੇ ਤੁਸੀਂ ਹਰਜੀਤ ਬਾਜੇਖਾਨੇ ਦੀਆਂ ਰੇਡਾਂ ਨੂੰ, ਹਰਜੀਤ ਬਾਜੇਖਾਨੇ ਨੂੰ ਪਿਆਰ ਕਰਦੇ ਹੋ, ਕਬੱਡੀ ਖੇਡ ਨੂੰ ਪਿਆਰ ਕਰਦੇ ਹੋ, ਮਾਂ ਖੇਡ ਕਬੱਡੀ ਨੂੰ, ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਜੋ ਘਰਾਂ 'ਚ ਬੈਠਿਆਂ ਬੈਠਿਆਂ ਨੂੰ ਹੈ ਨਾ ਇੱਥੋਂ ਬਾਈ ਦੀਆਂ ਜਿੱਤੀਆਂ ਹੋਈਆਂ ਟਰਾਫੀਆਂ, ਮਿਲੇ ਹੋਏ ਅਵਾਰਡ ਲੋਕਾਂ ਤੱਕ ਪਹੁੰਚ ਸਕਣ, ਹੈ ਨਾ। ਸੋ ਠੀਕ ਹੈ ਜੀ, ਬਾਕੀ ਬਹੁਤੀਆਂ ਗੱਲਾਂ ਤਾਂ ਆਪਣੇ ਆਪ ਦੇ ਵਿੱਚ ਹੀ ਹਰਜੀਤ ਇੱਕ ਗੱਲਬਾਤ ਸੀਗਾ। ਥੋੜ੍ਹਾ ਜਿਹਾ ਸੀਸਾ ਕਰਕੇ ਦਿਖਦਾ ਘੱਟ, ਹਮੇਸ਼ਾ ਚਿਹਰੇ 'ਤੇ ਖੁਸ਼ੀ ਰਹਿੰਦੀ ਸੀ ਹਰਜੀਤ ਬਾਈ ਦੀ। ਅਤੇ ਧੰਨਵਾਦ ਆ ਬਾਬਾ ਜੀ ਦਾ, ਚਲੋ ਅੱਜ ਅਸੀਂ ਜਿੰਦਾ ਖਲਵਾਇਆ ਅਤੇ ਸਾਫ਼ ਸਫਾਈ ਤੇਰੇ ਬਾਬਾ ਜੀ ਹੈ, ਅਤੇ ਉਹ ਬੇਬੇ ਵੀ ਇੱਕ ਬੇਬੇ ਨਾਲ ਮੁਲਾਕਾਤ ਕਰਾਉਣੀ। ਸਤਿ ਸ਼੍ਰੀ ਅਕਾਲ ਬਾਬੇ, ਤੁਸੀਂ ਤਾਂ ਦੇਖਿਆ ਹੋਣਾ ਹਰਜੀਤ ਤੋਂ ਬਾਈ। ਹਾਂ, ਮੇਰੀ ਗੁੱਡੀ ਇਹਨਾਂ ਨੇ ਵਿਆਹੀ, ਅਸੀਂ ਮਹੀਨੇ। ਅੱਛਾ ਜੀ, ਇਹਨਾਂ ਨੇ ਵਿਆਹੀ, ਅਸੀਂ 30 ਸਾਲ ਕੰਮ ਕੀਤਾ ਜੀ ਇਹਨਾਂ ਨਾਲ। ਅੱਛਾ ਜੀ, ਰਾਤ ਇੱਥੇ ਪਿੰਡ ਦੇ ਘਰ ਮੇਰੀ ਕੁੜੀ ਜਿਹੜਾ ਕਾ ਉਹਦੀ ਮਾਸੀ ਦਾ ਮੁੰਡਾ ਤਰਸੇ ਬਾਈ ਹਰਜੀਤ ਹੋਰਾਂ ਨੇ ਵਿਆਹ ਕਰਾਇਆ ਸੀ ਕਰਿਆ ਸੀ ਉਹਨਾਂ ਦਾ। ਹਾਂ, ਮੇਰੀ ਕੁੜੀ ਇਹਨਾਂ ਨੇ ਤੋਰਿਆ ਵਿਆਹੀ ਘਰੋਂ ਤੋਰਿਆ ਦਾ ਅੱਜ ਤੋਂ ਸਾਰਾ। ਹੁਣ ਸਾਨੂੰ ਅਸੀਂ ਬਿੱਲ ਭਰਦੇ ਹਾਂ, ਕਿਰਾਇਆ ਸਾਨੂੰ ਕੋਈ ਨਹੀਂ ਦਿੰਦੇ, ਪੈਸਾ ਧੇਲਾ ਕੋਈ ਸਾਨੂੰ ਤਾਂ ਤੁਹਾਡੇ ਵਰਗੇ ਵੀ ਰਸ ਕੋਈ 10-20 ਹਜ਼ਾਰ ਦੇ ਦਿੰਦੇ। ਹੁਣ 3,000 ਬਿੱਲ ਤਾਂ ਆ ਗਿਆ। ਚਲੋ ਕੋਈ ਨਹੀਂ, ਕੋਈ ਨਹੀਂ ਭਰਾਂਗੇ, ਇਹ ਆਪਾਂ ਕੈਮਰੇ ਤੋਂ ਬਾਅਦ ਦੀਆਂ ਗੱਲਾਂ ਬਾਤਾਂ ਕਰਾਂਗੇ ਨਾ, ਫਿਰ ਲੋਕ ਕਹਿਣਗੇ ਕਿ ਜਾਣ ਕੇ ਕੋਈ ਉਹ ਕਰਦਾ। ਬਾਈ ਜੀ ਸਤਿ ਸ਼੍ਰੀ ਅਕਾਲ, ਅਤੇ ਬਾਜਾਖਾਨਾ ਪਿੰਡ ਤੁਹਾਡਾ? ਹਾਂ, ਬਾਜਾਖਾਨਾ। ਬਾਈ ਮਿਲੇ ਕਦੇ ਬਾਈ ਨੂੰ ਕਦੇ ਹਰਜੀਤ ਨੂੰ? ਨਹੀਂ, ਮਤਲਬ ਨਹੀਂ ਮਿਲੇ। ਛੋਟੀ ਉਮਰ ਛੋਟੀ ਸੀਗੀ ਤੂੰ ਤੁਸੀਂ ਬਾਈ? ਨਹੀਂ, ਸਾਡੀ ਉਮਰ ਤੋਂ ਤਕਰੀਬਨ। ਅੱਛਾ, ਛੋਟੀ ਉਮਰ ਹੈ ਨਾ, ਪਰ ਜੋ ਨਾਂ ਸੁਣਦਾ ਉਹ ਫਕਰ ਤਾਂ ਹੁੰਦਾ। ਜਦੋਂ ਤੁਸੀਂ ਕਹਿੰਦੇ ਕਿ ਮੈਂ ਮੇਰਾ ਪਿੰਡ ਬਾਜਾਖਾਨਾ, ਫਿਰ ਅਗਲਾ ਕਹਿੰਦਾ ਹਰਜੀਤ ਬਾਜਾਖਾਨਾ, ਹੈ ਨਾ। ਬਾਅਦ 'ਚ ਲੋਕ ਬਹੁਤ ਸਾਰੀਆਂ ਗੱਲਾਂ ਬਣਾ ਦਿੰਦੇ ਨੇ, ਜਦੋਂ ਕੋਈ ਬੰਦਾ ਪੀਕ 'ਤੇ ਹੁੰਦਾ ਹੈ ਨਾ, ਹਾਈਪ 'ਤੇ ਹੁੰਦਾ, ਉਦੋਂ ਉਹਦੀਆਂ ਚੁਗਲੀਆਂ ਚਗਲੀਆਂ ਲੋਕ ਬਹੁਤ ਕਰਦੇ ਆ, ਪਰ ਜੋ ਗਰਾਊਂਡ 'ਚ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਨਾ, ਉਹਨਾਂ ਨੂੰ ਪਤਾ ਹੈ ਆਪ ਜਦੋਂ ਬਾਜੇਖਾਨੇ ਵੀ ਅਨੇਕੋ ਹੀ ਗੱਡੀਆਂ, ਅਨੇਕੋ ਹੀ ਜਦੋਂ ਬੰਦੇ ਲੰਘਦੇ ਆ ਤਾਂ ਪੱਕਾ ਗੱਲ ਕਿਉਂ ਟੱਲੇ ਸਾਹਿਬ, ਮੂੰਹ ਤੇ ਬੁੱਲਾਂ ਤੇ ਗੱਲ ਤਾਂ ਆਉਂਦੀ ਹੋਣੀ ਹੈ। ਬਿਲਕੁਲ ਆਉਂਦੇ ਹਰਜੀਤ ਬਾਜਾਖਾਨਾ, ਐਂ ਲੱਗਦਾ ਵੀ ਬਾਜਾਖਾਨਾ ਹਰਜੀਤ ਨਾਲ ਹੀ ਸੋਹਣਾ ਲੱਗਦਾ। ਹਾਂ, ਬਾਜਾਖਾਨਾ ਕਹੇ ਫੇਰ ਹੀ ਬਾਜਾਖਾਨਾ। ਹਾਂ, ਕਹਿੰਦੇ ਲੱਗਦੇ ਨੇ ਬਾਜਾਖਾਨਾ, ਕਹਿ ਦੀ ਗੱਲ ਵੀ ਉਹ ਕੱਲਾ ਜਾ ਅਧੂਰਾ ਲੱਗਦਾ ਵੀ ਬਾਜਾਖਾਨਾ ਕਹਾਂਗੇ। ਅਰੇ ਕਹਿੰਦਾ ਉਧਰ ਯਾਰ ਕਿੱਥੇ, ਕਹਿੰਦਾ ਬਾਜਾਖਾਨਾ। ਸੋ ਉਧਰ ਹਰਜੀਤ ਬਾਜਾਖਾਨੇ ਪਿੰਡ ਕਣੀ ਉਹ ਜੱਟ ਦੀ ਆ ਗੱਲ ਜੀ, ਹੈ ਨਾ। ਠੀਕ ਹੈ ਜੀ, ਹਾਂਜੀ ਬਾਈ, ਹੁਣ ਵੀ ਮਤਲਬ ਪੁਲ ਬਣ ਗਿਆ, ਕਈ ਵਾਰ ਪਤਾ ਨਹੀਂ ਲੱਗਦਾ ਬਾਜਾਖਾਨਾ। ਹਾਂ, ਪੁਲ ਨਹੀਂ ਹੁੰਦਾ ਸੀ, ਤਕਰੀਬਨ ਹਰੇਕ ਗੱਡੀ ਨੇ ਆ ਕੇ ਜਾਣਾ। ਹਾਂ, ਇੱਕ ਪੁਲ ਕਰਕੇ ਅਸੀਂ ਵੀ ਅੱਗੇ ਲੰਘੇ ਸੀਗੇ, ਪੁਲ ਕਰਕੇ ਹੁਣ ਪਿੰਡ ਦਾ ਅਸੀਂ ਫਿਰ ਵਾਪਸ ਆਏ। ਉਹ ਬੇਬੇ ਮੇਰੀ ਭੈਣ ਕਹਿੰਦੀ ਹੁੰਦੀ ਸੀ, ਕਹਿੰਦੀ ਕਹਿੰਦੀ ਮੈਂ ਦੇਖਿਆ ਹੈ ਨਾ ਬਾਈ, ਤੁਸੀਂ ਭੈਣੇ ਮੇਰੀ ਇਹ ਤੁਸੀਂ ਬਾਈ ਦੇਖਿਆ ਹਰਜੀਤ ਬਾਜਾਖਾਨਾ? ਆਇਓ ਥੋੜ੍ਹਾ ਇੱਕ ਮਿੰਟ। ਅੱਛਾ, ਇੱਥੇ ਖੇਡਦਾ ਦੇਖਿਆ ਹੋਣਾ ਤੁਸੀਂ? ਖੇਡਦਾ, ਹਾਂ ਦੇਖਿਆ। ਆਇਓ ਥੋੜ੍ਹਾ ਉਹਨਾਂ ਨੂੰ ਅੱਜ ਭੈਣ ਮੇਰੀ ਇੱਥੇ ਆ ਜਾਂਦੀ ਸੀ, ਅਤੇ ਵਧੀਆ ਬੋਲ ਚਾਲ ਸੀ ਸਾਰਿਆਂ ਨਾਲ। ਅੱਛਾ, ਹਮੇਸ਼ਾ ਹੱਸਦਾ ਰਹਿੰਦਾ ਸੀ ਨਾ, ਚਿਹਰੇ 'ਤੇ ਰੌਣਕ ਸੀ ਨਾ, ਵਧੀਆ ਮੈਟ ਨਾਲ ਬੁਲਾਉਂਦਾ ਸੀ ਹਰੇਕ ਨੂੰ। ਅੱਛਾ ਜੀ, ਕਿਤੇ ਨਾ ਕਿਤੇ ਮਨ ਭਰ ਆਉਂਦਾ ਜਦੋਂ ਐਂ ਬੁੱਤ ਦੇਖਦੇ ਹੋ ਤੁਸੀਂ? ਪੂਰਾ ਵਧੀਆ, ਵੀ ਵਧੀਆ ਠੀਕ ਆ, ਪਰ ਸਫਾਈ ਵੱਲੋਂ ਥੋੜ੍ਹੀ ਜਿਹੀ ਕਮੀ ਹੈ। ਚਲੋ ਕੋਈ ਨਹੀਂ, ਸਫਾਈ ਹੋ ਜੂਗੀ। ਉਹ ਕਈ ਵਾਰ ਆਇਆ ਹੁੰਦਾ ਨਾ ਵੀ ਜਦੋਂ ਜੇ ਕਦੇ ਖੁੱਲ੍ਹਾ ਛੱਡ ਦਿੰਦੇ ਲੋਕ ਫੋਟੋਆਂ ਵਗੈਰਾ ਵੀਡੀਓ 'ਚ ਮਿਲਦੀਆਂ। ਹਾਂ, ਹੈ ਨਾ। ਚਲੋ ਜੀ, ਆਪਾਂ ਤਾਂ ਇਹੀ ਕਹਾਂਗੇ ਕਿ ਹਰਜੀਤ ਵਰਗੇ ਹੋਰ ਜੰਮਣ ਅਤੇ ਸਾਫ਼ ਸੁਥਰੀ ਖੇਡ ਖੇਡ ਕੇ ਆਪਣੇ ਆਪਣੇ ਪਿੰਡਾਂ ਦੇ ਨਾਮ ਉੱਚੇ ਕਰਨ, ਹੈ ਨਾ। ਵੀ ਮੈਂ ਪਹਿਲਾਂ ਮੈਂ ਵੈਸੇ ਵੀ ਦੇਖਿਆ ਉਹ ਜਦੋਂ ਖੇਡ ਰੇਡ ਪਾਉਂਦਾ ਸੀ ਨਾ, ਕਈ ਵਾਰ ਕੋਈ ਚਲੋ
ਖੁੱਲ੍ਹਾ ਥੱਪੜ ਕਈ ਵੱਜ ਜਾਂਦਾ, ਕਈ ਵਾਰ ਕੁਛ ਹੋਰ ਹੋ ਜਾਂਦਾ, ਉਦੋਂ ਫਿਰ ਉਹ ਹੱਥ ਦੇ ਕੇ ਕਹਿੰਦਾ ਇੱਕ ਕੋਈ ਗੱਲ ਨਹੀਂ ਨਾ ਵੀ ਹੋ ਜਾਂਦਾ, ਅਤੇ ਖੁਸ਼ ਰਹਿੰਦਾ ਸੀ ਹਮੇਸ਼ਾ। ਇੰਗਲੈਂਡ, ਕਨੇਡਾ ਸਾਰੇ ਕਿਤੇ ਤਕੜੇ ਤਕੜੇ ਰੇਡਾਂ ਪਾਈਆਂ ਉਹਨੇ। ਠੀਕ ਹੈ ਜੀ, ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹੋ ਜਿਹੇ ਯੋਧੇ ਸੂਰਮੇ ਕਬੱਡੀ ਦੇ ਪਲੇਅਰ ਜੰਮਦੇ ਰਹਿਣ।